ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਚੱਲੇ ਹਾਂ ਮੱਲੇ 'ਚ ਅਤੇ ਮੱਲੇ ਤੋਂ ਬਾਅਦ ਆ ਤਿਆਰੀ ਕਰਨੀ ਆ ਅਤੇ ਹੁਣੇ ਵੱਜ ਰਹੇ ਨੇ 7 ਸਵੇਰੇ ਦੇ, 7:30 ਹੋ ਰਹੇ ਨੇ। ਮੈਂ ਜਾਂਦਾ ਗੁਰਦੁਆਰੇ, ਗੁਰਦੁਆਰੇ ਆਸ ਦੀਵਾਰ ਆ, ਉੱਥੇ ਜਾਂਦੇ ਹਾਂ, ਮੱਥਾ ਟੇਕਦੇ ਹਾਂ। ਫਿਰ ਅੱਗੇ ਆਪਾਂ ਸਕੂਲ ਵੀ ਜਾਣਾ, ਸਕੂਲ 'ਚ ਕੁਝ ਕੰਮ ਆ, ਉਹ ਕਰਕੇ ਸਾਰਾ ਕੰਮ ਫਿਰ ਆਪਾਂ ਨੂੰ ਤੁਹਾਨੂੰ ਮਿਲਦੇ ਹਾਂ, ਠੀਕ ਆ ਬੰਦੇ? ਚਲੋ ਅਤੇ ਕਿੱਥੇ ਆਦਾ ਤੁਹਾਨੂੰ ਪਤਾ ਲੱਗ ਜੂਗਾ, ਉੱਥੇ ਜਾਵਾਂਗੇ ਜਾਂ ਰਾਹ ਵੇਖ ਲੈਣਾ ਤੁਹਾਨੂੰ ਨਾਂ ਦਾ ਪਤਾ ਲੱਗ ਹੀ ਜੂਗਾ, ਜਾਂ ਮੈਂ ਥੰਬਨੇਲ 'ਚ ਪਾਤਾ ਹੋਣਾ। ਚਲੋ ਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਰੋਜਲੇ ਨਾਲ। ਲੰਗਰ ਛਕਣ ਡੇ ਹੁਣ ਆਪਾਂ, ਸਿੰਘ ਸਾਹਿਬ ਜੀ ਤੁਸੀਂ ਛਕਣ ਡੇ ਜੀ? ਇੱਦਾਂ ਵਿਚਾਰੇ ਦਾ ਕੈਂਸਲ ਹੋ ਗਿਆ, ਰੋਣਾ ਨਹੀਂ ਰੋਣਾ ਨਹੀਂ, ਹੁੰਦਾ ਜੀ ਹੁੰਦਾ ਜੀ। ਪ੍ਰਸ਼ਾਦਾ ਛਕਦੇ ਹਾਂ ਅਤੇ ਫਿਰ ਚੱਲਦੇ ਹਾਂ ਸਕੂਲ, ਅਤੇ ਹੁਣ ਆਪਾਂ ਹੈਗੇ ਹਾਂ ਸਕੂਲ 'ਚ, ਠੀਕ ਆ। ਅਤੇ ਆਪਾਂ ਸਕੂਲ 'ਚ ਹਾਂ, ਠੀਕ ਆ। ਸਾਡੀ ਪ੍ਰੈਕਟਿਸ ਚੱਲਣ ਡੀ ਆ ਅੰਦਰ, ਮਤਲਬ ਹਾਲੇ ਚੱਲਣੀ ਆ, 9 ਵਜੇ ਚੱਲਣੀ ਆ। ਆਪਾਂ ਸਾਰੇ ਜਾ ਠਾ ਗਏ ਹਾਂ, ਆਪਾਂ ਛੇਤੀ ਆ। ਇੱਕ ਬੰਦਾ ਆਇਆ ਸਾਡਾ, ਦਿਖਾ ਦਿੰਦਾ ਤੁਹਾਨੂੰ ਕੌਣ ਆਇਆ ਜੀ। ਆਈ ਬਾਈ ਆਈ ਆਇਆ ਬਸ ਬੰਦਾ, ਬਾਕੀ ਕੋਈ ਆਇਆ ਹੀ ਨਹੀਂ ਹੁਣੇ ਤੱਕ। ਹੁਣ ਆਪਾਂ ਵੇਟ ਕਰਦੇ ਹਾਂ ਬੰਦੇ ਦੇ ਆਉਣ ਦਾ। ਹੁਣ ਤਾਂ ਤੁਸੀਂ ਹੋਲ ਵੇਖੋ ਪਹਿਲਾਂ, ਬੋਕਸਿੰਗ ਪ੍ਰੈਕਟਿਸ, ਉਹ ਹੈਗਾ ਹੋਲ, ਬੈਂਡ ਬੈਂਡ ਜਿਮ ਕਰਨਡੇ ਜੇ ਬੰਦੇ ਕਾਪੀ ਦੇ ਕੇ ਜਾ ਰਹੇ ਉਸ ਵੇਚੀਏ ਰੱਦੀ ਮੈਂ। ਹੁਣ ਦੇਖੋ ਆਲੀ ਕੁਰਸੀਆਂ ਨਾ ਆਪਾਂ ਇੱਦਾਂ ਲਾਉਣੀ ਆ, ਅਤੇ ਯੂਥ ਪਾਰਲੀਮੈਂਟ ਬਣਾ ਕੇ ਇੱਦਾਂ ਚੱਜ ਦੀ ਬਣਨਾ ਜੇ। ਆਏ ਨੇ ਕੋਈ ਬੱਚੇ ਆਏ ਨੇ ਬਸ ਹੁਣ ਆਈ ਸਾਹਿਬ ਜੀ, ਤੁਸੀਂ ਕੀ ਬਣੇ ਜੇ, ਕੀ ਬਣੇ ਹੋ ਤੁਸੀਂ? ਪਤਾ ਨਹੀਂ ਆ। The youth parliament, do hereby swear in the name of God that I will bear true faith and allegiance to the constitution. ਬੈਲਟ ਮਾਰੀ ਗਈ ਹੈ ਸਪੀਕਰ ਕੋ, ਬੈਲਟ ਮਾਰ ਦੀ। ਤੈਅ ਕਰ ਤੋ ਸਹੀ ਤੂੰ। ਹੁਣ ਆਪਾਂ ਹੈਗੇ ਹਾਂ, ਆਪਾਂ ਆ ਬੰਦਾ ਨਾ ਪਜਾਮਾ ਪਾ ਪੰਜਾਬਾਂ ਲਾਉਣਾ ਭੁੱਲ ਗਿਆ ਸੀ ਅਤੇ ਬਾਣਾ ਲੈ ਕੇ ਆ ਗਿਆ, ਅਤੇ ਹੁਣ ਆਪਾਂ ਕੀ ਕਰ ਰਹੇ ਹਾਂ, ਇਹਦਾ ਪਜਾਮਾ ਲੈ ਕੇ ਚੱਲ ਗਿਆ, ਹੁਣ ਪਜਾਮਾ ਲਊਗਾ। ਫਿਰ ਆਪਾਂ ਇੱਦਾਂ ਦੁਮਾਲਾ ਸਜਾਵਾਂਗੇ ਗੁਰਦੁਆਰੇ ਸਾਹਿਬ ਜਾ ਕੇ, ਅਤੇ ਉੱਥੇ ਬੰਦੇ ਨੇ, 4 ਬੰਦੇ ਨੇ, ਆਪਾਂ ਜਾ ਰਹੇ ਨੇ, 4 ਬੰਦੇ ਜਾ ਰਹੇ ਹਾਂ ਆਪਾਂ। ਮੈਂ, ਹਰਸ਼, ਕਾਕਾ ਹਰਸਿਮਰਨ ਅਤੇ ਕਾਕੇ ਦਾ ਹੀ ਹਰਸਿਮਰਨ, ਠੀਕ ਆ, ਅਤੇ ਹਰਸਿਮਰਨ ਅਤੇ ਆ ਹਰਜੋਤ, ਠੀਕ ਆ। ਆਪਾਂ 4 ਬੰਦੇ ਜਾ ਰਹੇ ਹਾਂ, ਅਤੇ ਹੁਣ ਚੱਲਦੇ ਹਾਂ ਦਰਬਾਰ ਸਾਹਿਬ, ਦਰਬਾਰ ਸਾਹਿਬ ਕਹਿ ਰਹੇ ਮੈਂ, ਚੱਲਦੇ ਹਾਂ ਗੁਰਦੁਆਰੇ, ਚੱਲਦੇ ਹਾਂ। ਬਾਈ ਚਲਾਉਣ ਡਿਆ ਸੀ ਆਪਾਂ, ਇਹਨੂੰ ਛੱਡਣ ਆਏ ਹਾਂ ਆਪਾਂ, ਪਜਾਮਾ ਚੱਕੂਗਾ ਫਿਰ ਆਪਾਂ ਆਉਂਦੇ ਹਾਂ। ਚੱਲ ਯਾਰ, ਬਣਾ ਦੇ ਢਾਡੀ ਰੇ ਤੇਰੀ ਡੋਲ ਸੀ ਪਾਟੀ ਨੇ। ਆਓ ਇੱਧਰ ਆਓ ਇੱਧਰ। ਅਤੇ ਹੁਣ ਦੇਖੋ ਸਾਡਾ ਕੀ ਸੀਨ ਆ, ਆਪਾਂ ਸਾਰੇ ਖੜ੍ਹੇ ਹਾਂ, ਆ ਬੰਦੇ ਸਾਰੇ ਜਾ ਰਹੇ ਨੇ ਸਾਡੇ ਕੋਲ, ਆ ਰਹੇ ਸਾਡੇ ਹਰਜੋਤ ਸਾਹਿਬ, ਸਿਮਰਨ, ਹਰਸਿਮਰਨ, ਕਾਕਾ, ਆ ਰਹੇ ਸਾਡੇ ਹਰਸ਼, ਠੀਕ ਆ, ਪਹਿਚਾਣ ਨਹੀਂ ਆ ਰਹੀ ਹੋਣੀ, ਠੀਕ ਆ, ਫਾਦਰ ਸਾਹਿਬ। ਅਤੇ ਹੁਣ ਆਪਾਂ ਚੱਲਦੇ ਹਾਂ, ਆਪਾਂ ਚੱਲਦੇ ਹਾਂ, ਪਹਿਲਾਂ ਮਿਲਦੇ ਮੈਟਰੋ 'ਚ, ਮੈਟਰੋ 'ਚ ਜਾ ਕੇ ਉੱਧਰ ਲੈਂਦੇ ਹਾਂ ਆਪਾਂ ਗੀਤਾ ਕਲੋਨੀ ਦੇ ਸਭ ਤੋਂ ਕੋਲ ਮੈਟਰੋ ਕਿਹੜੀ ਆ,
ਤੈਨੂੰ ਪਤਾ ਨਾ ਯੈਲੋ ਲਾਈਨ ਕੇ ਯੈਲੋ ਲਾਈਨ ਸੀ ਹੋਊਗੀ ਕਿਤਾ ਕਲੋਨੀ ਪੱਕਾ ਪੱਕਾ ਚਲੋ ਆਪਾਂ ਦੇਖਦੇ ਆ ਆਨਲਾਈਨ ਸਰਚ ਕਰਦੇ ਉਦੋਂ ਪਤਾ ਲੱਗ ਜੂ ਸਾਨੂੰ ਹੁਣ ਚੱਲਦੇ ਆ ਬੈਗ ਚੱਕਦੇ ਆ ਠੀਕ ਆ ਮੈਂ ਪਾਣਾ ਫਸਾਉ ਨੋ ਸਾਲੇ ਹੁਣ ਚੱਲਦੇ ਆ ਚਲੋ ਤੇ ਹੁਣ ਆਪਾਂ ਪਹਿਲਾਂ ਜਾਣਾ ਸੀਲਮਪੁਰ ਮੈਟਰੋ ਸਟੇਸ਼ਨ ਸੀਲਮਪੁਰ ਮੈਟਰੋ ਸਟੇਸ਼ਨ 5 ਕਿਲੋਮੀਟਰ ਰਸਤਾ ਸਾਡਾ ਪਊਗਾ ਦੂਰ ਅਤੇ ਉੱਧਰੋਂ ਆਪਾਂ 5 ਕਿਲੋਮੀਟਰ ਜਾ ਕੇ ਚੱਲ ਕੇ ਤਾਂ ਜਾਣਾ ਨਹੀਂ ਆਟੋ ਲੈ ਲਾਂਗੇ ਪਹਿਲਾਂ ਲੈਂਦੇ ਹਾਂ ਆਪਾਂ ਟਿਕਟ ਠੀਕ ਆ ਚੱਲ ਇੱਧਰੋਂ ਚੇਂਜ ਕਰਨੀ ਜੇ ਆਪਾਂ ਕਸ਼ਮੀਰੀ ਗੇਟ ਤੋਂ ਰੈੱਡ ਲਾਈਨ 'ਤੇ ਜਾਣਾ ਰੈੱਡ ਲਾਈਨ ਤੋਂ 2 ਸਟੇਸ਼ਨ 3 ਸਟੇਸ਼ਨ ਬਾਅਦ ਆ ਸੀਮਲਪੁਰ ਦੇ ਦਿੱਤੀ ਹੈ ਨਾ ਜੇ ਆਪਾਂ ਕਸ਼ਮੀਰੀ ਗੇਟ ਠੀਕ ਆ ਕਸ਼ਮੀਰੀ ਗੇਟ ਹੈਗੇ ਆ ਆ ਰਹੇ ਸਾਡੇ ਵਾਲੇ ਬੰਦੇ ਸਾਰੇ ਓ ਬਾਬਾ ਜੀ ਪਿੱਛੇ ਵੇਖ ਲਓ ਅਤੇ ਹੁਣ ਆਪਾਂ ਹੈਗੇ ਆ ਕਸ਼ਮੀਰੀ ਗੇਟ ਤੋਂ ਫੜਨੀ ਆ ਰੈੱਡ ਲਾਈਨ ਅਤੇ ਚੱਲ ਦੋ ਰੈੱਡ ਲਾਈਨ ਫੜਦੇ ਹਾਂ ਉਸ ਤੋਂ ਬਾਅਦ 2-3 ਸਟੇਸ਼ਨ ਬਾਅਦ ਆਊਗਾ ਸਾਰਾ ਸ਼ਿਮਲਾ ਸ਼ਿਮਲਾਪੁਰ ਜੋ ਵੀ ਆ ਨਾ ਉਹਦਾ ਆਪਾਂ ਫੋਲੋ ਕਰਨੇ ਆ ਜਿਹੜੀ ਚੀਜ਼ ਮੈਂ ਤੁਹਾਨੂੰ ਆ ਜਾਓ ਭਰਾਵੋ ਤੁਸੀਂ ਖੋਣ ਆ ਜਾਣਾ ਇੱਧਰੋਂ ਜਾਣਾ ਆਪਾਂ ਅਸੀਂ ਬੈਸਟ ਫਰੈਂਡ ਆ ਪੱਕੇ ਦੋਸਤ ਤੁਸੀਂ ਇੱਕ ਦੂਜੇ ਦੀ ਸਹੇਲੀ ਹੋਰ ਕੁਝ ਇੱਕ ਦੂਜੇ ਦੀ ਸਹੇਲੀ ਉਹ ਨਹੀਂ ਤੁਸੀਂ ਕੁਛ ਰਹਿਣ ਦਿਓ ਅਤੇ ਹੁਣ ਆਪਾਂ ਫੜਦੇ ਹਾਂ ਰੈੱਡ ਲਾਈਨ ਫੜਦੇ ਹਾਂ ਸ਼ਿਮਲਾਪੁਰ ਵਾਲੀ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਚਲੋ ਡਰ ਕੇ ਆ ਕੇ ਜੀਤ ਹੈ ਡਰ ਕੇ ਆ ਕੇ ਜੀਤ ਆਹ ਕਿਹੜਾ ਫੁੱਦੀ ਮੋਦੀ ਸਾਹਿਬ ਮੋਦੀ ਜੀ ਅਤੇ ਹੁਣ ਆਪਾਂ ਹੈਗੇ ਆ ਸ਼ਸਤਰੀ ਨਗਰ ਹਾਂ ਸ਼ਸਤਰੀ ਨਗਰ ਗੀਤਾ ਕਲੋਨੀ ਗੀਤਾ ਕਲੋਨੀ ਰਾਮਲੀਲਾ ਮੈਦਾਨ ਰਾਮਲੀਲਾ ਗਰਾਊਂਡ ਅਤੇ ਹੁਣ ਆਪਾਂ ਜਾ ਰਹੇ ਹਾਂ ਠੀਕ ਆ ਆਪਾਂ ਫੜੀ ਆ ਬੰਦੇ ਨੂੰ ਪਤਾ ਨਹੀਂ ਤਾਂ ਆਪਾਂ ਲੋਕੇਸ਼ਨ ਕੱਢ ਕੇ ਦੇਣ ਡੇ ਆ ਉਹਨੂੰ ਯਾਰ ਹੁਣ ਆਪਾਂ ਲੋਕੇਸ਼ਨ ਕੱਢਦੇ ਹਾਂ ਆਹ ਬੈਠੇ ਸਾਡੇ ਵਾਲੇ 2 ਬੰਦੇ ਅੱਗੇ ਹਾਂ ਸਾਹਮਣੇ ਹਾਂ ਉੱਤੇ ਵਾਲਾ ਆਹੀ ਹੁਣ ਅਤੇ ਹੁਣ ਚੱਲੀਏ ਅਤੇ ਚੱਲ ਕੇ ਵੇਖਦੇ ਕੀ ਬਣਦਾ ਸਾਡਾ ਬੰਦਾ ਬੈਠਾ ਅੱਗੇ ਉਹਨੂੰ ਆਪਾਂ ਕਰਤਾ ਹੋਰ ਅੱਗੇ ਠੀਕ ਆ ਸਾਨੂੰ ਮਿਲ ਗਈ ਆਹ ਦੇਖੋ ਕਿੱਦਾਂ ਬੈਠਾ ਜੀ ਵੀਡੀਓ ਵੱਡੀ ਹੋ ਜਾਏ ਤਾਂ ਆਪਾਂ 2 ਪਾਰਟ 'ਚ ਲਾਵਾਂਗੇ ਆਹ ਵਾਲੀ ਵੀਡੀਓ ਜਦੋਂ ਮੱਲੇ ਦੀ ਇੱਕ ਪਾਸੇ ਦੇਖ ਸਕਦਾ ਨਾ ਪਹਿਲਾ ਪਾਰਟ ਜਾਣੇ ਦਾ ਹੋਊਗਾ ਹੋ ਸਕਦਾ ਜਾਣ ਦਾ ਹੋ ਜਾਏ ਜਾਂ ਫਿਰ ਮੱਲੇ ਦਾ ਹੋ ਜਾਏ ਕੁਝ ਵੀ ਹੋਊਗਾ ਅਤੇ ਹੁਣ ਆਪਾਂ ਚੱਲਦੇ ਹਾਂ ਪਹੁੰਚ ਕੇ ਕਰਦੇ ਤੁਹਾਡੇ ਨਾਲ ਗੱਲ ਉੱਥੇ ਰਸਤਾ ਬੜਾ ਕੈਂਟ ਆ ਭਾਈ ਕੁਝ ਵੀ ਕਿਆ ਸਾਡੇ ਨਾਲ ਕੀ ਹੋਇਆ ਸੀ ਆਪਾਂ ਹੋ ਗਏ ਪੁੱਠੇ ਪਾਸੇ ਆ ਗਏ ਆਪਾਂ ਠੀਕ ਆ ਅਤੇ ਹੁਣ ਆਪਾਂ ਦੇਖਦੇ ਹਾਂ ਅਤੇ ਤੁਸੀਂ ਦੱਸ ਕੀ ਹੋਇਆ ਯਾਰ ਮੈਂ ਇਕੱਲਾ ਦੱਸਾਂਗਾ ਕੀ ਦੱਸਣਾ ਹੈ ਕੀ ਹੋਇਆ ਸਾਡੇ ਨਾਲ ਇੱਧਰ ਸਾਡੇ ਨਾਲ ਮਜ਼ਾ ਹੋਇਆ ਤੁਸੀਂ ਸੀਨ ਦੱਸਣਾ ਟ੍ਰੇਨ ਵਾਲਾ ਸੀਨ ਕੋਈ ਦੱਸੋ ਭਾਵੇਂ ਹਿੰਦੀ 'ਚ ਦੱਸੋ ਟ੍ਰੇਨ ਮੈਟਰੋ ਦਾ ਚੱਲਦਾ ਹੀ ਨਹੀਂ ਪੈਸੇ ਤੋਂ ਮੈਂ ਕੀ ਕਰਾਂ ਨਹੀਂ ਆ ਪਾਇਆ ਤਾਂ ਫਿਰ ਉਹਦੇ ਬਾਅਦ ਲੜਾਈ ਹੋ ਗਈ ਤੋਂ ਉਹਦੇ ਬਾਅਦ ਡਿਲੀਟ ਮੈਂ ਤੁਹਾਨੂੰ ਦੱਸਦਾ ਕੀ ਹੋਇਆ ਜੀ ਤੇ ਸੀਨ ਕੀ ਪਿਆ ਆਪਾਂ ਨਾ ਬੈਠੇ ਸੀਗੇ ਮਤਲਬ ਆਪਾਂ ਆ ਗਏ ਆ ਤੇ ਮੈਂ ਆ ਗਿਆ ਹਰਸ਼ ਆ ਗਿਆ ਤੇ ਆ ਗਿਆ ਹਰਜੋਤ ਫਿਰ ਆ ਹਰਜਮਿੰਦਰ ਰਹਿ ਗਿਆ ਸੀ ਤੇ ਨਾ ਇਦਾਂ ਨਾ ਲੱਗਣ ਨਹੀਂ ਡਿਆ ਸੀ ਇਹਨੂੰ ਇਸ ਤੋਂ ਲੱਗਿਆ ਨਹੀਂ ਠੀਕ ਆ ਤੇ ਮੈਂ ਗਿਆ ਮੈਂ ਹੈਲਪ ਕਰਨ ਡਿਆ ਮੈਂ ਦੂਜੇ ਪਾਸੇ ਖੜਾ ਸੀਗਾ ਜਿੱਧਰੋਂ ਆ ਸੀਗਾ ਨਾ ਉਹਦੇ ਲੈਫਟ ਸਾਈਡ 'ਚ ਸੀਗਾ ਮੈਂ ਤੇ ਮੈਂ ਇਹਦੀ ਮਦਦ ਕੀਤੀ ਮੈਂ ਤੇ ਇੰਨੇ ਕੀ ਉਹ ਸਾਹਮਣੇ ਵਾਲੇ ਬੰਦੇ ਨੇ ਕੀ ਕੀਤਾ ਮੈਂ ਕਰ ਰਿਹਾ ਮਦਦ ਤੇ ਮੈਨੂੰ ਚਿੱਲਾ ਕੇ ਗੱਲ ਕੀਤੀ ਮੇਰੇ ਨਾਲ ਕਿ ਆ ਇੱਧਰ ਆ ਚਿੱਲਾ ਕੇ ਕਿਹਾ ਤੇ ਬਾਈ ਤੂੰ ਮੇਰੇ ਨਾਲ ਚਿੱਲਾ ਕੇ ਆਇਆ ਤਾਂ ਮੈਂ ਪਿਆਰ ਨਾਲ ਕਹਿਣਾ ਨਹੀਂ ਹੈ ਭਰਾਵਾ ਕਿੱਦਾਂ ਹੋ ਆ ਲਓ ਮਿੱਠੀ ਖਾਓ ਇੱਦਾਂ ਤਾਂ ਕਹਿਣਾ ਨਹੀਂ ਸੀ ਮੈਂ ਲੱਗਿਆ ਫਿਰ ਆਪਣੀ 'ਚ ਹਾਡੀ ਆਪਣੀ ਚੜ੍ਹਦੀ ਕਲਾਸ 'ਚ ਸਿੰਘ ਆਪਾਂ ਚੜ੍ਹਦੀ ਕਲਾਸ 'ਚ ਸਿੰਘ ਆ ਅਤੇ ਆਪਾਂ ਲੜ ਪਏ ਹਾਂ ਅਤੇ ਮੈਂ ਹਰਸ਼ ਤੇ ਹਰਸਿਮਰਨ ਤਾਂ ਲੜਨ ਡੇ ਸੀ ਆਹ ਬੰਦਾ ਪਿੱਛੇ ਪਤਾ ਨਹੀਂ ਕਿੱਧਰ ਚਲਾ ਗਿਆ ਮੈਂ ਉੱਥੇ ਸੀ ਆਹ ਪਤਾ ਨਹੀਂ ਕਿੱਧਰ ਸੀਗਾ ਹਾਂ ਆਈ ਚੁੱਪ ਬੈਠਾ ਸੀ ਸਾਨੂੰ ਆਵਾਜ਼ ਹੀ ਨਹੀਂ ਆਈ ਆਪਾਂ ਚੜ੍ਹ ਕੇ ਬੈਠੇ ਸੀ ਉਹ ਨਾ ਬੰਦਾ ਮੇਰੇ ਤੇ ਚੜ੍ਹ ਕੇ ਆਇਆ ਟੋਪੀ ਪਾਈ ਸੀ ਚੜ੍ਹ ਕੇ ਆਇਆ ਮੇਰੇ ਤੇ ਠੀਕ ਆ ਤੇ ਮੈਂ ਹੋਰ ਅੱਗੇ ਚੜ੍ਹ ਗਿਆ ਉਹਦੀ ਟੋਪੀ ਹਿੱਲ ਗਈ ਸੀ ਵੇਖੀ ਤੂੰ ਉਹਦੀ ਟੋਪੀ ਹਿੱਲ ਗਈ ਬਾਈ ਐਂਡ ਤੇ ਐਂਡ 'ਚ ਨਾ ਐਂਡ 'ਚ ਆਈ CRPF ਆਈ ਸੀ ਨਾ ਕੀ ਆਈ ਸੀ ਤੇ ਫੌਜ ਆਈ ਸੀ ਫਿਰ ਬਾਅਦ 'ਚ ਤੇ ਆਪਾਂ ਫੌਜਾਂ ਨੇ ਤੇ ਆਪਾਂ ਤਾਂ ਦੂਜੀ ਫੌਜ ਆਪਾਂ ਕਾਲ ਦੀ ਫੌਜਾਂ ਨੇ ਤੇ ਫਿਰ ਉੱਧਰ ਫੌਜ ਆਈ ਇੰਡੀਆ ਦੀ ਤੇ ਕਹਿੰਦੀ ਬੰਦੇ ਬੜੇ ਆਰਾਮ ਨਾਲ ਗੱਲ ਕਰ ਰਹੇ ਸੀ ਜਿਹੜੀ ਫੌਜ ਆਈ ਸੀ ਬੜੀ ਆਰਾਮ ਨਾਲ ਗੱਲ ਕਰ ਰਹੀ ਸੀ ਕਿ ਬਈ ਸਾਡੀ ਗਲਤੀ ਸੀਗੀ ਨਹੀਂ ਆਪਾਂ ਮਦਦ ਕਰ ਰਹੇ ਹਾਂ ਬੰਦੇ ਦੀ ਤੇ ਫਾਲਤੂ ਹੀ ਲੜਨ ਲੱਗੇ ਸੀ ਪਰ ਇਹ ਵੀ ਦੇਖਿਓ ਕਿੰਨੇ ਆਰਾਮ ਨਾਲ ਬਾਤ ਕਰ ਰਹੇ ਤੇ ਹੈ ਨਾ ਬਾਈ ਆਹ ਬੰਦੇ ਆਰਮੀ ਵਾਲੇ ਵੀ ਤਾਂ ਸਾਡੇ ਨਾਲ ਆਰਾਮ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਕਿਹੜੀ ਸਾਡੇ ਨਾਲ ਚਿੱਲਾ ਕੇ ਗੱਲ ਕੀਤੀ ਤੇ ਜੇ ਕਰਦੇ ਤਾਂ ਫਿਰ ਭਾਈ ਯਾਰ ਆਰਮੀ ਵਾਲੇ ਨਾ ਉਹਦੀ ਹੱਟ ਰਿਸਪੈਕਟ ਆ ਆਰਮੀ ਲਈ ਰਿਸਪੈਕਟ ਅਲੱਗ ਉਹ ਵੱਖਰੀ ਗੱਲ ਆ ਹਾਂ ਖੁਦੂ ਹੋਣੀ ਆ ਆਪਾਂ ਕੀ ਹਰ ਦੂਜੇ ਬੰਦੇ ਦੀ ਸੁਣਾਂਗੇ ਕਾਹਦੀ ਖੋਜਾਂ ਆ ਚਲੋ ਫਿਰ ਆਪਾਂ ਚੱਲਦੇ ਆ ਪਹੁੰਚਦੇ ਆ ਤੁਸੀਂ ਪਾਣੀ ਪੀਓ
ਜਲ ਛਕੋ ਤੁਸੀਂ ਪਾਣੀ ਪਾਣੀ ਪਿਲਾ ਦਿਜੀਏ ਆ ਗਿਆ ਤੇ ਨਾ ਦੇ ਆਪਾਂ 120 ਚ ਗੱਲ ਕੀਤੀ ਸੀ ਪਰ ਨਾ ਗਲਤ ਆ ਗਏ ਸੀ ਤਾਂ ਫਿਰ ਲੰਬਾ ਪੈ ਗਿਆ ਤੇ ਆਪਾਂ 150 ਰੁਪਏ ਦਿੱਤੇ ਆ ਬੰਦੇ ਨੂੰ ਤੇ ਸਾਡੇ ਕੋਲ ਖੁੱਲੇ ਨਹੀਂ ਸੀ ਤੇ ਇਸ ਬੰਦੇ ਦਾ ਪਹਿਲਾਂ ਟੈਂਪਰ ਪਵਾਇਆ 100 ਦਾ ਤੇ 500 ਦੇ ਖੁੱਲੇ ਹੋਏ ਫਿਰ ਉਹਨੂੰ ਦਿੱਤੇ ਆ ਪੈਸੇ ਤੇ ਹੁਣ ਆ ਰਹੀ ਦਿਨ ਨੂੰ ਦੱਸਦਾ ਆ ਰਹੀ ਸਾਹਮਣੇ ਆ ਸਾਡਾ ਸਿਸਟਮ ਠੀਕ ਆ ਦੇਖੋ ਆ ਗੁਰਮੀਤ ਸਿੰਘ ਸੂਰਾ ਤੇ ਵੀਰ ਜੀ ਦੇ ਦੋਸਤ ਤੇ ਬਾਕੀ SGPG ਹੈ ਮੈਨੂੰ ਯਾਦ ਨਹੀਂ ਤੇ ਉਹ ਜੋਗਾ ਸਿੰਘ ਵੀ ਆਉਂਦੇ ਨੇ ਮੈਂ ਸੁਣਿਆ ਦਸ਼ਮੇਸ਼ ਤਰਨ ਨਾਲ ਦਲ ਦੇ ਬਾਬਾ ਜੋਗਾ ਸਿੰਘ ਜੀ ਵੀ ਆ ਰਹੇ ਨੇ ਜੇ ਉਹ ਆਏ ਤਾਂ ਵੇਖਦੇ ਹਾਂ ਆਪਾਂ ਫਤਿਹ ਬੁਲਾਵਾਂਗੇ ਉਹਨਾਂ ਨੂੰ ਵੀ ਕਰਦੇ ਉਹਨਾਂ ਦੇ ਦਰਸ਼ਨ ਵੀ ਕਰਦੇ ਹਾਂ ਆਪਾਂ ਚਲੋ ਤੇ ਹੁਣ ਦੇਖੋ ਆਪਾਂ ਗਏ ਸੀਗੇ ਤੇ 3 ਵਜੇ ਚਾਲੂ ਆ 1 ਵਜੇ ਮੱਲਾ ਆ ਆਪਾਂ ਗੁਰਦੁਆਰੇ ਜਾ ਰਹੇ ਹਾਂ ਗੁਰਦੁਆਰੇ ਤੋਂ ਚਾਲੂ ਆ ਮੱਲਾ ਤੇ ਚੱਲਦੇ ਹਾਂ ਪਹਿਲਾਂ ਗੁਰਦੁਆਰੇ ਭੱਜਦੇ ਹਾਂ ਛੇਤੀ ਛੇਤੀ ਗੁਰਦੁਆਰੇ ਪਹੁੰਚਦੇ ਹਾਂ ਉੱਧਰੋਂ ਚਾਲੂ ਆ ਮੱਲਾ ਆਪਾਂ ਉੱਥੇ ਜਾ ਕੇ ਬਾਣਾ ਪਾਣਾ ਤੇ ਬਾਣਾ ਪਾ ਕੇ ਤਿਆਰ ਹੁੰਦੇ ਹਾਂ ਫਿਰ ਚੱਲਦੇ ਹਾਂ ਚਲੋ ਤਿਆਰ ਤਾਂ ਅਸੀਂ ਹਾਂ ਬਸ ਬਾਣਾ ਪਾਣਾ ਨਹੀਂ ਨਹੀਂ ਤਿਆਰ ਪਰ ਤਿਆਰ ਹੁੰਦੇ ਹਾਂ ਬਾਈ ਤਿਆਰ ਦਾ ਮਤਲਬ ਤਿਆਰ ਪਰ ਤਿਆਰ ਸੱਜਦੇ ਹਾਂ ਸਿੰਘ ਸੱਜਦੇ ਹਾਂ ਅਕਾਲ ਦੀ ਫੌਜ ਫਿਰ ਚੱਲਦੇ ਹਾਂ ਚਲੋ ਆਹ ਦੇਖੋ ਸਿੰਘ ਸਾਹਿਬ ਜੀ ਕਾਲ ਦੇ ਲੱਗੇ ਨੇ ਪਿੱਛੇ ਸੈਡ ਦਾਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾਦੀ ਜੀ ਸਤਿ ਸ਼੍ਰੀ ਅਕਾਲ ਦਾਦੀ ਜੀ ਜਰਦੀ ਕਾਲ ਸਤਿ ਸ਼੍ਰੀ ਅਕਾਲ ਅੱਛਾ ਅਜਦੀ ਦਾਦੀ ਇੱਧਰ ਰਹਿੰਦੀ ਆ ਤਾਂ ਉਹਦੇ ਨਾਲ ਗੱਲ ਤੇ ਹੁਣ ਆਪਾਂ ਪਹਿਲਾਂ ਮੱਲੇ ਤੋਂ ਪਹਿਲਾਂ ਨਾ ਕੁਛ ਖਾ ਲਈਏ ਆਪਾਂ ਖਾਧਾ ਨਹੀਂ ਸੀ ਕੁਛ ਤੇ ਆਪਾਂ ਕੀ ਖਾਣ ਡਿਆ ਆਪਾਂ ਚੱਲੇ ਹਾਂ ਪਿੱਜ਼ਾ ਹੱਟ ਅਤੇ ਪਿੱਜ਼ਾ ਹੱਟ ਚਾਹ ਸਾਡੇ ਹਰਸ਼ ਸਿੰਘ ਜੀ ਕਰਾਉਣਗੇ ਹਰਸ਼ ਜੀ ਕੀ ਕਰਾਉਣਾ ਤੁਸੀਂ ਬੁਕਿੰਗ ਕਰਾਓ ਕੀ ਕਰੋਗੇ ਬਾਈ ਬੁਕਿੰਗ ਆ ਤੁਸੀਂ ਦੋ ਬੰਦੇ ਜਾਓ ਕੋਈ ਹਰਜੋ ਤੂੰ ਜਾ ਅਤੇ ਤੂੰ ਜਾ ਜਾਓ ਕੀ ਕੀ ਲੈ ਕੇ ਜਾਓ ਉਹ ਮੈਂ ਤਾਂ ਬਣਾਉਣ ਡਿਆ ਮੇਰਾ ਕੀ ਬੈਗ ਰੱਖ ਦੇ ਕੀ ਤੁਸੀਂ ਤੂੰ ਪਿੱਛੇ ਹੀ ਲੈ ਹੁਣ ਕੁਛ ਵੀ ਹਰਕਤਾਂ ਨਹੀਂ ਹੈ ਕਰਵਾਏ ਦੋ ਚੀਜ਼ਾਂ ਕਰਵਾਈਆਂ ਮੈਂ ਬਲੌਗ ਬਣਾਊਂਗਾ ਤੂੰ ਬਣਾ ਲਈ ਰੁਕ ਜਾ ਅਤੇ ਕਰਵਾਈਆਂ ਅਤੇ ਬਾਅਦ 'ਚ ਵੇਖਦੇ ਹਾਂ ਚਲੋ ਆਪਾਂ ਵੇਟ ਕਰਦੇ ਹਾਂ ਆਉਣ ਦਾ ਅਤੇ ਆਪਾਂ ਬੈਠੇ ਹਾਂ ਕਿ ਸਾਨੂੰ ਪਤਾ ਇੰਨੀ ਜਿਹੀ ਛੇਤੀ ਮੱਲਾ ਚਾਲੂ ਨਹੀਂ ਹੁੰਦਾ ਮੱਲਾ ਇੱਧਰ ਹੀ ਆਊਗਾ ਤਾਂ ਆਪਾਂ ਫੜ ਲਾਂਗੇ ਵਿੱਚ ਠੀਕ ਆ ਬਲੌਗ ਅਤੇ ਆਪਾਂ ਦੂਜੇ ਅਕਾਊਂਟ ਵਾਸਤੇ ਵੀ ਆਪਾਂ ਬਣਾ ਲਈਏ ਨਾ ਬਲੌਗ ਦੂਜਾ ਅਕਾਊਂਟ ਵੀ ਸਾਡਾ ਖਾਲੀ ਬੈਠਾ ਜੀ ਅਤੇ ਇੱਥੇ ਬੈਠੇ ਸਾਡੀ ਹਰਸ਼ ਸਿੰਘ ਜੀ ਇੱਦਾਂ ਹੀ ਬੈਠੇ ਆਪਾਂ ਸਾਡੀਆਂ ਫੌਜਾਂ ਤੇ ਹੁਣ ਆਪਾਂ ਵੀਡੀਓ ਵੀ ਕਰਦੇ ਹਾਂ ਇੰਤਰੀ ਸਮਾਪਤੀ ਕਿਉਂਕਿ ਜਿਹੜਾ ਮੇਰਾ ਵਾਲਾ ਫੋਨ ਸੀਗਾ ਉਹਦੇ ਵਿੱਚ ਇੰਨੇ ਹੀ ਵਲੋਗ ਸੀ ਇਸ ਤੋਂ ਬਾਅਦ ਵਾਲੀ ਜਿੰਨੀ ਵੀ ਰਿਕਾਰਡਿੰਗ ਆ ਉਹ ਸਾਰੀ ਹਰਜੋਤ ਦੇ ਫੋਨ 'ਚ ਆ ਕਿਉਂਕਿ ਮੇਰੇ ਫੋਨ 'ਚ ਵੀ ਗਲਿਚ ਕਰਕੇ ਮੇਰੀ ਵੀਡੀਓਜ਼ ਡਿਲੀਟ ਹੋ ਗਈਆਂ ਸੀ ਤਾਂ ਹੁਣ ਕਰਦੇ ਸਮਾਪਤੀ ਜੇ ਤੁਹਾਨੂੰ ਪਸੰਦ ਆਈ ਹੋਵੇ ਇੰਨੀ ਵੀਡੀਓ ਤਾਂ ਤੁਸੀਂ ਕਰ ਦਿਓ ਲਾਈਕ ਕਮੈਂਟ ਸਬਸਕ੍ਰਾਈਬ ਕੱਲ੍ਹ ਆਊਗੀ ਮੱਲੇ ਦੀ ਵੀਡੀਓ ਅੱਜ ਮੈਂ ਹਰਜੋਤ ਦੇ ਫੋਨ ਨੂੰ ਲੈ ਲਵਾਂਗਾ ਪ੍ਰੋਪਰ ਤਰੀਕੇ ਨਾਲ ਵੀਡੀਓ ਸਾਰੀ ਅਤੇ ਐਡਿਟ ਕਰਕੇ ਕੱਲ੍ਹ ਪੋਸਟ ਕਰ ਦਾਂਗਾ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਖਾਲਸਾ ਜੀ ਫਤਿਹ।